ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਦਾਸ ਗੁਰਚਰਨ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਖਬਰ ਆਈ ਆ ਕਿ ਪਾਕਿਸਤਾਨ ਦੇ ਵਿੱਚ ਜੋ ਵੀ ਗੁਰਧਾਮਾਂ ਦੇ ਆਲੇ ਦੁਆਲੇ ਨਨਕਾਣਾ ਸਾਹਿਬ ਦੇ ਵਿੱਚ ਬੋਰਡ ਲੱਗੇ ਹੋਏ ਸਨ, ਉਹ ਗੁਰਮੁਖੀ ਦੇ ਵਿੱਚ, ਪੰਜਾਬੀ ਦੇ ਵਿੱਚ ਲੱਗੇ ਹੋਏ ਸਨ। ਉਹਨਾਂ ਨੇ ਸਾਰੇ ਬੋਰਡ ਕੱਟ ਕੇ ਨਵਾਂ ਹਾਈਵੇ ਜਿਹੜਾ ਬਣਿਆ ਲਾਹੌਰ ਤੋਂ ਕਰਾਚੀ ਤੱਕ, ਮੋਟਰਵੇ ਅਤੇ ਫੈਸਲਾਬਾਦ ਤੱਕ, ਸਾਰੇ ਬੋਰਡਾਂ ਦੇ ਉੱਤੇ ਗੁਰਮੁਖੀ ਦੇ ਵਿੱਚੋਂ, ਪੰਜਾਬੀ ਦੇ ਵਿੱਚੋਂ ਕੱਟ ਕੇ ਹਿੰਦੀ ਦੇ ਵਿੱਚ ਲਗਾ ਦਿੱਤੇ ਗਏ ਹਨ। ਇਹ ਬੜੀ ਮੰਦਭਾਗੀ ਇੱਕ ਖਬਰ ਹੈ ਸਾਡੇ ਵਾਸਤੇ, ਸਿੱਖਾਂ ਵਾਸਤੇ, ਕਿ ਸਾਡੇ ਨਾਲ ਹਰ ਇੱਕ ਜਗ੍ਹਾ ਦੇ ਉੱਤੇ ਧੋਖੇ ਹੋ ਰਹੇ ਨੇ। ਪਾਕਿਸਤਾਨ ਗੌਰਮੈਂਟ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਮੁੜ ਕੇ ਕਿ 500 550 ਸਾਲਾਂ ਇੱਕ ਸਾਡਾ ਬਹੁਤ ਹੀ ਵੱਡਾ ਤਿਉਹਾਰ ਆ ਰਿਹਾ, ਅਸੀਂ ਪਾਤਸ਼ਾਹ ਦੇ ਦਰਸ਼ਨ ਵਾਸਤੇ ਪੂਰੇ ਸਿੱਖ ਹੈ ਜਿਹੜੇ ਕਿ ਜਗ ਦੇ ਵਿੱਚ, ਸਿੱਖ ਹਿੰਦੂ ਕੋਈ ਵੀ ਹੋਵੇ, ਉਹ ਉਤਾਵਲੇ ਨੇ ਨਨਕਾਣਾ ਸਾਹਿਬ ਜਾਣ ਵਾਸਤੇ, ਅਤੇ ਉੱਥੇ ਜਾ ਕੇ ਉਹ ਦੇਖਣਗੇ ਕਿ ਇਹ ਬੋਰਡ ਲੱਗੇ ਹੋਏ। ਅਸੀਂ ਕਿਸੇ ਦੇ ਵਰਖਲਾਫ ਨਹੀਂ ਹੈ, ਹਿੰਦੀ ਇੰਟਰਨੈਸ਼ਨਲ ਲੈਂਗੁਏਜ ਹੈ, ਪਰ ਪਹਿਲਾਂ ਤੁਸੀਂ ਗੁਰਮੁਖੀ ਦੇ ਵਿੱਚ ਉੱਥੇ ਸਾਈਨ ਲਾਏ ਹੋਏ ਸਨ, ਅਤੇ ਮੁੜ ਕੇ ਉਹ ਸਾਈਨ ਪੰਜਾਬੀ ਦੇ ਵਿੱਚ ਲਾਏ ਜਾਣ, ਪੰਜਾਬ ਦਾ ਉੱਧਰ ਦੇ ਈਸਟ ਅਤੇ ਵੈਸਟ ਪੰਜਾਬ ਦਾ ਜੋ ਵੀ ਪੰਜਾਬੀ ਹੈ ਉਹ ਇਸਦਾ ਬੜਾ ਹੀ ਦੁੱਖ ਮਨਾ ਰਿਹਾ। ਕਿ ਮੈਨੂੰ ਬੜੇ ਟੈਲੀਫੋਨ ਲਾਹੌਰ ਤੋਂ ਵਿੱਚੋਂ ਵੀ ਆਏ ਨੇ, ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦਾ ਮੈਂ ਚੇਅਰਮੈਨ ਹਾਂ ਕੈਨੇਡਾ ਤੋਂ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਮੁੜ ਕੇ ਉਹ ਸਾਈਨ ਜਿਹੜੇ ਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਅਗਰ ਦੇ ਤੁਸੀਂ ਸੱਚੇ ਦਿਲੋਂ ਮਨਾਉਣਾ ਚਾਹੁੰਦੇ ਹਾਂ ਤਾਂ ਉਹਨੂੰ ਪੰਜਾਬੀ ਦੇ ਵਿੱਚ ਲਾਇਆ ਜਾਵੇ। ਅਗਰ ਤੁਸੀਂ ਸਾਡੇ 'ਤੇ ਮਾਲਿਸ਼ ਲਾਉਂਦੇ ਹਾਂ ਤਾਂ ਪਲੀਜ਼ ਇਹ ਬੰਦ ਕਰ ਦਿਓ, ਕੋਈ ਵੀ ਸਿੱਖ ਆਉਣ ਵਾਸਤੇ ਤਿਆਰ ਨਹੀਂ ਹੋਵੇਗਾ ਪਾਕਿਸਤਾਨ ਦੇ ਵਿੱਚ। ਅਤੇ ਇਹ ਜਿਹੜੇ ਵਾਧ ਘਾਟ ਸਾਡੇ ਨਾਲ ਹੋ ਰਹੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ। ਅਦਰਵਾਈਜ਼ ਪਾਕਿਸਤਾਨ ਦਾ ਪੰਜਾਬੀ ਅਤੇ ਇੱਧਰ ਦਾ ਪੰਜਾਬੀ, ਸਾਰੇ ਦੇਸ਼ਾਂ ਦੇ ਪੰਜਾਬੀ ਅਸੀਂ ਰਲ ਮਿਲ ਕੇ ਐਜੀਟੇਸ਼ਨ ਕਰਾਂਗੇ, ਉਹਦੇ ਵਰਖਲਾਫ ਅਸੀਂ ਆਪਣੀ ਆਵਾਜ਼ ਉਠਾਵਾਂਗੇ। ਕਿੱਥੇ ਤੱਕ ਅਸੀਂ ਇਹਨੂੰ ਬੰਦ ਕਰ ਸਕਦੇ ਹਾਂ? ਕੈਪਟਨ ਸਾਹਿਬ ਅੱਗੇ ਬੇਨਤੀ ਆ, ਹੱਥ ਜੋੜ ਕੇ ਬੇਨਤੀ ਆ ਕਿ ਇਸ ਇਸ਼ੂ ਨੂੰ ਸੀਰੀਅਸ ਹੋ ਕੇ ਲਿਆ ਜਾਵੇ ਤਾਂ ਕਿ ਸਾਡੀ ਮਾਂ ਬੋਲੀ ਨੂੰ ਖਤਮ ਨਾ ਕੀਤਾ ਜਾਵੇ। ਇੰਨੀਆਂ ਕੁ ਬੇਨਤੀਆਂ ਦੇ ਨਾਲ ਮੈਂ ਆਪ ਜੀ ਸਾਰਿਆਂ ਅੱਗੇ ਮੁਆਫ਼ੀ ਮੰਗਦਾ ਅਗਰ ਮੈਂ ਕਿਸੇ ਦੇ ਵਰਖਿਲਾਫ਼ ਬੋਲਿਆ ਹੋਇਆ। ਕੋਈ ਵੀ ਸਾਡਾ ਵਰਖਿਲਾਫ਼ ਬੋਲਣ ਦਾ ਨਹੀਂ ਹੈ ਬਣਦਾ। ਅਸੀਂ ਇਹ ਬੇਨਤੀ ਕਰਦੇ ਹਾਂ ਕਿ ਉਹ ਮੁੜ ਕੇ ਸਾਈਨ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਲਾਏ ਜਾਣ ਤਾਂ ਕਿ ਸਿੱਖ ਜੋ ਆਵੇ ਉਹ ਡਾਇਰੈਕਸ਼ਨਾਂ ਜੋ ਪਹਿਲਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਮੁੜ ਕੇ ਉੱਥੇ ਲਾਇਆ ਜਾਵੇ। ਇਮਰਾਨ ਖਾਨ ਸਾਹਿਬ ਅੱਗੇ ਬੇਨਤੀ ਆ ਅਤੇ ਪੰਜਾਬ ਦਾ ਜੋ ਗਵਰਨਰ ਸਾਹਿਬ ਨੇ ਸਰਵਰ ਸਾਹਿਬ ਉਹਨਾਂ ਅੱਗੇ ਵੀ ਬੇਨਤੀ ਆ ਕਿ ਉਹ ਇੰਚਾਰਜ ਨੇ ਉਸ ਚੀਜ਼ ਦੇ ਉੱਤੇ ਅਤੇ ਉਹਨੂੰ ਮੁੜ ਕੇ ਪੰਜਾਬੀ ਦੇ ਬੋਰਡ ਲਾਏ ਜਾਣ ਤਾਂ ਕਿ ਹਰ ਇੱਕ ਸ਼ਰਧਾਲੂ ਆਉਣ ਵਾਸਤੇ ਤਿਆਰ ਨੇ। 550 ਸਾਲਾਂ ਬੜਾ ਜ਼ਬਰਦਸਤ ਇੱਕ ਪ੍ਰੋਗਰਾਮ ਉਲੀਕਿਆ ਗਿਆ ਆ, ਉਹਦੇ ਉੱਤੇ ਅਸੀਂ ਆ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸਭ ਤੋਂ ਬਾਅਦ ਵਿੱਚ ਜੋ ਕਰਨਾ ਤੁਸੀਂ ਕਰੋ, ਪਰ ਇਸ ਮੌਕੇ ਦੇ ਉੱਤੇ ਜ਼ਖਮਾਂ ਦੇ ਉੱਤੇ ਲੂਣ ਵਾਲੀ ਛੇੜਨੇ ਵਾਲੀ ਗੱਲ ਹੈ। ਇਹ ਮੇਰੀਆਂ ਬੇਨਤੀਆਂ ਨੇ, ਇਹ ਸਭ ਸਵੀਕਾਰ ਕਰਿਓ। ਸਾਰੇ ਸਿੱਖਾਂ ਅੱਗੇ ਬੇਨਤੀ ਆ ਕਿ ਇਸ ਨੂੰ ਆਵਾਜ਼ ਉਠਾਈ ਜਾਵੇ ਅਤੇ ਕੈਪਟਨ ਸਾਹਿਬ ਅੱਗੇ ਵੀ ਬੇਨਤੀ ਆ ਕਿ ਇਸ ਨੂੰ ਸੀਰੀਅਸ ਲਿਆ ਜਾਵੇ, ਇਹ ਕਿਉਂ ਹੋ ਰਿਹਾ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।